ਅਸਲਾਮ ਵਾਲੇਕੁਮ। ਅੱਜ ਦਾ ਵਲੌਗ ਸਾਡਾ ਬਹੁਤ ਖਾਸ ਹੈ। ਖਾਸ ਇਸ ਵਜ੍ਹਾ ਤੋਂ ਇਹ ਕਿ ਅੱਗੋਂ ਕੁਰਬਾਨੀ ਆ ਰਹੀ ਹੈ ਅਤੇ ਕੁਰਬਾਨੀ ਵਾਸਤੇ ਬੱਕਰਾ ਤੁਸੀਂ ਕਿਸ ਤਰ੍ਹਾਂ ਲੈਣਾ ਹੈ। ਅੱਜ ਦੋ ਚਾਰ ਸਾਡੇ ਨਾਲ ਐਕਸਪਰਟ ਹੋਣਗੇ, ਬੱਕਰਾ ਐਕਸਪਰਟ ਉਹਨਾਂ ਕੋਲ ਜਾ ਰਹੇ ਹੈ, ਉਹ ਤੁਹਾਨੂੰ ਦੱਸਣਗੇ ਕਿ ਦੋਂਦਾ ਕੀ ਹੁੰਦਾ ਅਤੇ ਕਿਸ ਤਰ੍ਹਾਂ ਤੁਸੀਂ ਕੁਰਬਾਨੀ ਵਾਸਤੇ ਬੱਕਰਾ ਸਿਲੈਕਟ ਕਰ ਸਕਦੇ ਹੋ। ਸਾਡੇ ਨਾ ਅਰਫਾਨ ਹੈਦਰ ਸਾਹਿਬ ਨੇ, ਪ੍ਰੋਫੈਸਰ ਨੇ ਇੰਗਲਿਸ਼ ਦੇ, ਜੀ ਠੀਕ ਹੋ, ਉਹਨਾਂ ਨੂੰ ਬਹੁਤ ਜ਼ਿਆਦਾ ਗਰਮੀ ਹੈ, ਉਹਨਾਂ ਤੁਸੀਂ ਉਹਨਾਂ ਵਾਸਤੇ ਕੋਈ ਨਾ ਸਾਨੂੰ ਅੱਛੀ ਜੀ ਤਜਵੀਜ਼ ਦਿਓ। ਗੁੜ ਦਾ ਸ਼ਰਬਤ ਪਿਲਾਓ ਜੀ। ਅੱਛਾ, ਉਸ ਤੋਂ ਬਾਅਦ ਜਨਾਬ ਸੱਤੂ ਦਾ ਸ਼ਰਬਤ ਪਿਲਾਓ, ਇਨਸ਼ਾਅੱਲਾ ਬਿਹਤਰ ਹੋ ਜਾਸ ਜੀ। ਬਿਲਕੁਲ ਹੀ ਠੰਡੇ ਹੋ ਗਏ ਤੇ ਫਿਰ ਨਹੀਂ ਨਹੀਂ ਜ਼ਿਆਦਾ ਠੰਡੇ ਵੀ ਤੇ ਨਹੀਂ ਨਾ ਕਰਨੇ, ਨਹੀਂ ਤੇ ਫਿਰ ਉਹਨਾਂ ਜੁਆਇੰਟ ਪੇਨ ਹੋ ਜਾਏ, ਜੋੜਾਂ ਦਾ ਦਰਦ ਹੋ ਜਾਏਗਾ। ਅੱਛਾ ਅੱਛਾ ਅੱਛਾ, ਉਸ ਚੀਜ਼ ਤੋਂ ਵੀ ਨਹੀਂ। ਜਿਹੜਾ ਬੇਸਣ ਦਾ ਪਾਣੀ ਕਹਿੰਦੇ ਹੋ ਪਏ, ਉਹ ਤਾਂ ਜਾਨਵਰਾਂ ਵਾਸਤੇ ਨਾ, ਤੇ ਉਹ ਵੀ ਨਹੀਂ ਇਨਸਾਨ, ਠੀਕ ਹੈ ਨਾ ਉਹਦੇ ਵਾਸਤੇ? ਇਨਸਾਨ ਨੂੰ ਨਹੀਂ ਪੈਣਾ, ਨਹੀਂ ਅਸੀਂ ਤੁਸੀਂ ਵੇਖੋ ਤੇ ਸਹੀ, ਉਹ ਵੀ ਕੋਈ ਇਨਸਾਨ ਥੋੜ੍ਹੀ ਹੈ। ਇਸ ਤਰ੍ਹਾਂ ਨਾ ਕਹੋ ਯਾਰ, ਉਹਦੇ ਵਾਸਤੇ ਉਹ ਠੀਕ ਹੈ ਯਾਨੀ ਪਾਣੀ, ਬੇਸਣ ਦਾ ਪਾਣੀ ਇਨਸਾਨ ਨੂੰ ਤਾਂ ਨਹੀਂ ਨਾ ਦੇਣਾ। ਅਰਫਾਨ ਸਾਹਿਬ ਭਾਈ ਹੋਰੀ ਕਹਿ ਰਹੇ ਨੇ ਬੇਸਣ ਦਾ ਪਾਣੀ ਜਾਨਵਰਾਂ ਵਾਸਤੇ ਜੀ, ਲੇਕਿਨ ਮੈਂ ਕਿਹਾ ਉਹ ਬੰਦਾ ਤੁਸੀਂ ਵੇਖੋ ਤੇ ਸਹੀ, ਤੁਸੀਂ ਕਹੋਗੇ ਠੀਕ, ਇਹਨੂੰ ਵੀ ਦੇ ਲਓ, ਤੁਸੀਂ ਤਾਂ ਮਜ਼ਾਕ। ਠੰਡਾ ਤੇ ਅੱਗੇ ਹੀ ਹੈ, ਬਿਲਕੁਲ ਹੀ ਠੰਡਾ ਹੈ। ਹਾਂ, ਜਿੰਨੇ ਇਧਰ ਆਓ, ਸ਼ੋਨੇ ਇਧਰ ਆਓ, ਅੱਗੇ ਅੱਗੇ ਆ ਜਾਓ। ਹੁਣ ਤੁਹਾਨੂੰ ਜਾਨਵਰ ਚੈੱਕ ਕਰਨ ਦਾ ਤਰੀਕਾ ਦੱਸਦੇ ਹਾਂ। ਇੱਕ ਮਿੰਟ, ਇਹ ਦੁੰਦੇ ਵਾਲੀ ਹੈ ਨਿਸ਼ਾਨੀ ਜਨਾਬ, ਇਹ ਦੁੰਦੇ ਦੀ ਨਿਸ਼ਾਨੀ ਹੈ, ਜਿਹੜੇ ਦੋ ਵੱਡੇ ਦੰਦ ਹੈ ਨਾ ਕੁਰਬਾਨੀ ਵਾਸਤੇ। ਅਗਰ ਜੀ ਜਾਨਵਰ ਲੈਣਾ ਹੋਵੇ ਤੇ ਇਹ ਦੁੰਦੇ ਦੀ ਨਿਸ਼ਾਨੀ ਹੈ, ਇਹ ਕਲੀਅਰ ਹੈ ਜੀ। ਵਾਹ, ਅੱਗੇ ਹੋਰ ਲੈ ਆਉਂਦੇ ਹਾਂ। ਐਕਸਪਰਟ ਦੱਸ ਰਹੇ ਨੇ ਇਰਫਾਨ ਹੈਦਰ ਸਾਹਿਬ ਕਿ ਦੁੰਦੇ ਦੀ ਨਿਸ਼ਾਨੀ ਕੀ ਹੈ, ਤੇ ਬੱਕਰੇ ਤੁਹਾਡੇ ਵਾਸਤੇ ਜਨਾਬ ਤਿਆਰ ਨੇ। ਕਾਣਾ ਸਾਹਿਬ ਤੇ ਇਰਫਾਨ ਸਾਹਿਬ, ਇਹ ਕੁਰਬਾਨੀ ਦੇ ਬੱਕਰੇ ਸਾਰੇ ਤੁਹਾਡੇ ਵਾਸਤੇ ਲੈਣ ਆਇਆ ਮੈਂ। ਇਹ ਵੇਖੋ, ਕੰਨਾਂ ਤੁਸੀਂ ਹੱਥ ਰੱਖੋ ਨਾ, ਤੁਸੀਂ ਕੰਨਾਂ ਨਾ ਹੱਥ ਰੱਖੋ, ਮੈਂ ਤੁਹਾਨੂੰ ਹੱਥ ਰੱਖ ਲਿਆ, ਮੈਂ ਮੂੰਹ ਪਟਦਾ। ਇਹ ਅਜੇ ਤੱਕ ਹੋਣ ਵਾਲਾ ਹੈ, ਇਹ ਨਹੀਂ ਹੋਣ ਵਾਲਾ, ਇਹ ਦੁੰਦਾ ਨਹੀਂ ਹੋਇਆ, ਤਿਆਰ ਹੈ, ਵੇਖੋ ਨਾ ਛੇਰ ਪੈ ਗਈ ਹੈ। ਅੱਛਾ, ਇਹ ਤਿਆਰ ਹੈ। ਅੱਛਾ ਅੱਛਾ, ਇਹ ਦੁੰਦਾ ਹੋ ਜਾਣਾ ਕੁਰਬਾਨੀ ਤੋਂ ਪਹਿਲਾਂ। ਸਹੀ ਹੈ, ਅੱਗੇ ਚਲੀਏ। ਅੱਛਾ ਜੀ, ਕਲੀਅਰ ਦੁੰਦਾ। ਅੱਛਾ, ਇਹ ਕਲੀਅਰ ਯਾਨੀ 1 ਸਾਲ ਤੇ 2 4 ਮਹੀਨਿਆਂ ਦਾ ਹੈ, ਇਹ 16 ਮਹੀਨਿਆਂ ਦਾ, 16 ਮਹੀਨਿਆਂ ਦਾ, ਉਹ ਹੀ 4 ਮਹੀਨੇ, ਉਹ ਹੀ ਠੀਕ ਹੋ ਗਏ, 1 ਸਾਲ ਤੇ 4 ਮਹੀਨੇ 16। ਤਾਂ ਕੁਰਬਾਨੀ ਵਾਸਤੇ ਬਹੁਤ ਕਮਾਲ ਦੇ ਬੱਕਰੇ ਘਰ ਦੇ ਪਲੇ ਨੇ, ਨੰਬਰ ਥੱਲੇ ਮੈਂ ਮੈਂਸ਼ਨ ਕਰ ਦਿਆਂਗਾ ਇਹਨਾਂ ਭਾਈ ਦਾ, ਇਹਨਾਂ ਨੂੰ ਕਾਲ ਕਰਕੇ ਤੇ ਬੱਕਰੇ ਲਓ ਤੇ ਚਸ ਲਓ। ਇਹ ਵੇਖੋ ਜੀ, ਇਹ ਵੇਖੋ ਜੀ, ਇਹ ਦੁੰਦਾ ਹੁੰਦਾ ਪਏ, ਇਹ ਦੁੰਦਾ ਹੁੰਦਾ, ਦੰਦ ਭੱਜ ਗਏ ਨੇ ਵੇ, ਦੇਖੋ ਠੀਕ 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 ਹੋ ਗਿਆ। ਅੱਗੇ ਅੱਛਾ, ਦੰਦ ਟੁੱਟ ਜਾਣ ਤੇ ਉਸ ਤੋਂ ਬਾਅਦ ਦੁੰਦੇ ਦੀ ਤਿਆਰੀ ਸ਼ੁਰੂ ਹੋ ਜਾਂਦੀ, ਉਸ ਤੋਂ ਬਾਅਦ ਦੁੰਦੇ ਦੋ ਦੰਦ ਨਿਕਲ ਆਉਂਦੇ ਨੇ ਜਿਸ ਤਰ੍ਹਾਂ। ਠੀਕ ਹੈ, ਲੱਗ ਸਕਦਾ ਅੱਜ ਵੀ। ਇਹ ਵੇਖੋ ਜੀ, ਇਹ ਪੱਕਾ ਹਾਲੇ ਹਾਲੇ ਦਾ ਜੀ, ਇਹ ਕਲੀਅਰ ਹੈ, ਮਾਸ਼ਾਅੱਲਾ ਬੱਕਰਾ ਅੱਛਾ ਹੈ, ਇਹ 18 ਮਹੀਨੇ ਦਾ, ਠੀਕ ਹੋ ਗਿਆ ਜੀ, 18 ਮਹੀਨੇ ਦਾ ਬੱਕਰਾ, ਚੰਗਾ ਵਾਲਾ ਬੱਕਰਾ ਹੈ ਜੀ। ਅਰਫਾਨ ਸਾਹਿਬ, ਇਹ ਤੁਹਾਡੇ ਵਾਸਤੇ ਮੈਂ ਪਸੰਦ ਕੀਤਾ ਜਨਾਬ ਬੱਕਰਾ, ਜੇ ਐਡੀ ਕਿਸੇ ਪੱਠ ਪਾਣੀ ਤੇ ਬੰਦਾ ਜਿਹੜਾ ਨਾ ਆਪਣੇ ਇਲਾਕੇ ਦਾ ਮੱਲੇ ਦਾ ਤੁਹਾਡੇ ਯਾਰ ਸੱਜਣ ਹੈ ਬਿਲਕੁਲ, ਤੇ ਬੱਕਰੇ ਰਾਜ ਨੇ ਪੁੱਤਰ, ਜੇ ਅਗਰ ਵੱਡੀ ਕੁਰਬਾਨੀ ਲੈਣੀ ਹੈ ਤੇ ਉਹਨਾਂ ਵਿੱਚੋਂ ਵੀ ਤਾਂ ਲੈ ਦਿਆਂਗੇ। ਜੇ ਕਿਸੇ ਐਡੀ ਪੱਠ ਪਾਣੀ ਹੋਵੇ ਤਾਂ ਉਹ ਵੀ ਤਿਆਰ, ਉਹ ਵੀ ਦਿਸਾਂ। ਅੱਛਾ 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 ਅੱਛਾ, ਫਿਲਹਾਲ ਮੈਂ ਜੰਨਤ ਕੋ ਲੇਸ ਖੋਲ ਕੇ ਦੇ ਦੂੰ ਇੱਕ ਵਾਰ। ਜਨਾਬ ਜੰਨਤ ਕਾਏਗੀ, ਔਰ ਇਰਫਾਨ ਸਾਹਿਬ ਤੁਹਾਨੂੰ ਸਾਰੇ ਜਨਾਬ ਬੱਕਰੇ ਛੱਕਰੇ ਵਿਖਾ ਦਿੱਤੇ ਨੇ, ਇਹ ਕਿਲੋ ਦੇ ਹਿਸਾਬ ਨਾਲ ਨਹੀਂ ਸਰਕਾਰ ਹੋਣੇ, ਇਹ ਤੁਸੀਂ ਆਪ ਆਉਣਾ ਇੱਥੇ ਤੇ ਪਸੰਦ ਕਰਕੇ ਲੈ ਜਾਣੇ ਨੇ। ਤੁਹਾਨੂੰ ਅਸਲ ਮਕਸਦ ਇਹ ਆਈ ਕਿ ਦੋਂਦਾ ਦੱਸਣਾ ਉਹਦਾ ਕੀ ਤਰੀਕਾਕਾਰ, ਕਿਸ ਤਰ੍ਹਾਂ ਤੁਸੀਂ ਉਹਨੂੰ ਚੈੱਕ ਕਰ ਸਕਦੇ ਹੋ, ਤੇ ਆ ਭਾਈ ਬੜਾ ਸੋਹਣਾ ਐਕਸਪਲੇਨ ਕੀਤਾ ਦੋਨੇ। ਨਹੀਂ ਨਹੀਂ ਬਿਲਕੁਲ ਬਿਲਕੁਲ, ਲੱਖਾਂ ਰੁਪਏ ਤਨਖਾਹ ਕਮਾਈ ਹੈ ਤੇ ਦੋ ਕੋ ਨਾ ਬੰਦਾ ਨਹੀਂ ਰਜਿਆ ਜੀ। ਆ
ਇੰਜੀ ਗੱਲ ਹੈ ਯਾਰ ਪੱਠਾ ਤੇ ਮੇਰੇ ਖਿਆਲ ਕੁਰਬਾਨੀ ਵਾਸਤੇ ਘੱਟ ਲੋਕ ਹੀ ਲੈਂਦੇ ਨੇ ਮਤਲਬ ਅੱਛਾ ਅੱਛਾ ਰੱਖਣ ਵਾਸਤੇ ਰੁਪਈਆ ਜਿਹੜਾ ਨੀ 22,000 ਤੋਂ ਇਹਨੂੰ ਇੱਕ ਰੁਪਈਆ ਉੱਤੇ ਨਹੀਂ ਦੇਣਾ ਜੀ ਠੀਕ ਉਹਨੂੰ ਸਿਆਣਾ ਕਰਕੇ ਨਾਲ ਲੈ ਗਿਆ ਠੀਕ ਹੋ ਗਿਆ ਉਹਦੇ ਕੋਲ ਰੇਟ ਪੁੱਛਿਆ ਨਾ ਜੀ ਦੀ ਉਹ ਪੱਠ ਆਈ ਜੀ ਜੀ ਉਸ ਆਖਿਆ ਬਾਈ ਜੀ 18,000 ਤੋਂ ਉੱਤੇ ਇੱਕ ਰੁਪਈਆ ਨਹੀਂ ਦੇਣਾ ਠੀਕ ਹੋ ਅਸੀਂ ਲੰਮਾ ਪਾ ਲਿਆ ਉਸ ਬਾਅਦ ਜਿਹੜਾ ਐਕਸਪਰਟ ਨਾਲ ਹੀ ਲੈ ਗਿਆ ਜੀ ਆਖਿਆ ਤੂੰ ਪਿਆ 22,000 ਉਸ ਮੰਗੀ 18,000 ਜੀ ਚੰਗਾ ਤੂੰ ਐਕਸਪਰਟ ਹੈ ਉਹ ਐਕਸਪਰਟ ਆਈ ਉਹਦੇ ਵਿੱਚ ਉਸ ਤਾਂ ਜੀ 7 ਕਿਲੋ ਗੋਸ਼ਤ ਨਿਕਲਿਆ ਉਹਨੇ ਉਹ ਐਕਸਪਰਟ ਆਈ ਨਹੀਂ ਉਹਨੂੰ ਪਤਾ ਹੀ ਨਹੀਂ ਉਹ ਸਿਰਫ ਗੱਲਾਂ ਮਾਰਨ ਵਾਲਾ ਹੈ ਗੱਲਾਂ ਮਾਰਨ ਵਾਲਾ ਹੀ ਬੰਦਾ ਰੋਟੀ ਪੈਸੇ ਜਿਹੜੇ ਨੂੰ ਹਲਾਲ ਦੇ ਲੈਣੇ ਬਿਲਕੁਲ ਆਰਾਮ ਦੇ ਨਹੀਂ ਲੈਣੇ ਹੁਣ ਫੋਰ ਐਗਜ਼ਾਮਪਲ ਇੰਗਲਿਸ਼ ਬੋਲਣ ਦਾ ਫਾਇਦਾ ਨਹੀਂ ਨਹੀਂ ਇੰਗਲਿਸ਼ ਨਹੀਂ ਤੁਸੀਂ ਆਪਣੀ ਜ਼ਬਾਨ ਬੋਲੋ ਅੱਛਾ ਪਤਾ ਗੱਲ ਕੀ ਹੈ ਹਾਂਜੀ ਹਾਂਜੀ ਰੋਜ਼ੀ ਹੱਕ ਹਲਾਲ ਦੀ ਚਾਹੀਦੀ ਹਰਾਮ ਦੀ ਨਹੀਂ ਚਾਹੀਦੀ ਬਿਲਕੁਲ ਕੋਈ ਬਿਜ਼ਨਸਮੈਨ ਵੀ ਹੈ ਨਾ ਅਗਰ ਉਹ ਪਤਾ ਉਹ ਅਗਰ ਸਮਝੇ ਨਾ ਕਿ ਮੈਂ ਹਲਾਲ ਲੈਣਾ ਠੀਕ ਹੈ ਤੇ ਉਹ ਥੋੜਾ ਕਮਾਏਗਾ ਬਿਲਕੁਲ ਤੇ ਜਿਹਨੂੰ ਜਿਸ ਇਹ ਕਹਿਣਾ ਕਿ ਆਈ ਨੀਡ ਮੋਰ ਮੈਂ ਜਲਦੀ ਨਹੀਂ ਨਹੀਂ ਉਹ ਮੋਰ ਨੂੰ ਛੋੜ ਦਿਓ ਅੱਛਾ ਅਗਰ ਉਹਦੇ ਜਾਵਾਂ ਤੇ ਮੈਂ ਬਹੁਤ ਤੇਜ਼ ਇੰਗਲਿਸ਼ ਬੋਲਦਾ ਠੀਕ ਹੈ ਅੱਛਾ 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 ਮਤਲਬ ਕਿ ਥੋੜਾ ਲੈ ਲਓ ਹੱਕ ਹਲਾਲ ਦਾ ਲੈ ਲਓ ਤੁਹਾਡੀ ਰੋਜ਼ੀ ਚੱਲੇਗੀ ਅਗਰ ਤੁਸੀਂ ਆਰਾਮ ਕਮਾਉਣਾ ਤੇ ਤੁਸੀਂ ਜਲਦੀ ਜਲਦੀ ਕਮਾਓਗੇ ਲੇਕਿਨ ਉਹ ਤੁਹਾਡਾ ਇਸ ਤਰ੍ਹਾਂ ਜਾਏਗਾ ਕਿ ਜਿਸ ਤਰ੍ਹਾਂ ਪਾਣੀ ਜਾਂਦਾ ਬਿਲਕੁਲ ਬਹੁਤ ਅੱਛਾ ਅਰਫਾਨ ਸਾਹਿਬ ਇਹ ਮੈਸੇਜ ਦਿੱਤਾ ਭਾਈ ਹੋਰੀ ਤੁਸੀਂ ਵੀ ਐਮ ਇੰਗਲਿਸ਼ ਕੀਤੀ ਹੋਇਆ ਤੇ ਇਹਨਾਂ ਵੀ ਆਪ ਐਮ ਇੰਗਲਿਸ਼ ਕੀਤੀ ਹੈ ਇੰਜੀ ਗੱਲ ਜੀ ਉਹ ਜਿਸ ਤਰ੍ਹਾਂ ਬਿਹਤਰ ਸਮਝੀ ਹਾਂਜੀ ਨਹੀਂ ਤਜਰਬੇ ਨਾਲ ਤਜਰਬੇ ਨਾਲ ਸਭ ਕੁਝ ਹਾਸਲ ਹੋ ਅੱਛਾ ਜੇ ਕੁਝ ਨਹੀਂ ਹਾਸਲ ਹੁੰਦਾ ਜੀ ਸਹੀ ਹੋ ਗਿਆ ਠੀਕ ਹੈ ਜੀ ਇਨਸ਼ਾਅੱਲਾ ਤਾਲਾ ਤੁਸੀਂ ਨੰਬਰ ਸ਼ੰਬਰ ਆਪਣਾ ਦੇ ਦਿਓ ਤੁਹਾਡੀ ਖਿਦਮਤ ਚਾਹਦੇ ਰਹਾਂਗੇ ਤੇ ਲੇਲੇ ਲੈ ਕੇ ਜਾਵਾਂਗੇ ਕੁਰਬਾਨੀ ਵਾਸਤੇ ਇਨਸ਼ਾਅੱਲਾ ਅਗਰ ਤੁਸੀਂ ਕਹਿਣਾ ਨਾ ਦੇਖੋ ਨਾ ਕਿ ਸੁਨਿਆਰਿਆਂ ਦੇ ਬੂਹੇ ਅੱਗੇ ਸਵੇਰੇ 8 ਵਜੇ ਲੇਲੇ ਆਣੇ ਨੇ ਆ ਜਾ ਸਰ ਅਸੀਂ ਫੋਰ ਐਗਜ਼ਾਮਪਲ ਇੱਕ ਮਿਸਾਲ ਹੈ ਕਿ ਤੁਸੀਂ ਕਹਿੰਦੇ ਹੋ ਨਾ ਕਿ ਕੱਲ ਸਨ ਰਾਈਟ ਸਵੇਰੇ 9 ਵਜੇ ਰੱਜੇ ਪੁੱਜੇ ਤਿਆਰ ਚਾਹੀਦੇ ਨੇ ਕੱਲ ਅਸੀਂ ਕੁਰਬਾਨੀ ਕਰਨੀ ਹੈ ਤੇ ਸਾਡਾ ਕੰਮ ਹੈ ਜਨਾਬ ਉਸ ਟਾਈਮ ਪਹੁੰਚਾ ਦੇਣਾ ਠੀਕ ਹੈ ਜੀ ਜੋ ਤੁਸੀਂ ਕਰਨਾ ਹੈ ਜੋ ਇਹਨਾਂ ਦਾ ਮੁਆਵਜ਼ਾ ਹੈ ਜੋ ਇਹਨਾਂ ਦੀ ਉਜਰਤ ਹੈ ਹਾਂਜੀ ਹਾਂਜੀ ਉਹ ਤੁਸੀਂ ਸਾਨੂੰ ਦੇ ਦੇਣੀ ਹੈ ਠੀਕ ਹੈ ਜਨਾਬ ਉਹ ਜਿਹੜੇ ਬਿਲਕੁਲ ਤਿਆਰ ਤੁਹਾਡੇ ਕੋਲ ਅਪੜ ਜਾਣਾ ਹੁੰਦੇ ਨੇ ਕੁਝ ਜੇ ਅਗਰ ਕੋਈ ਸਾਡੇ ਚੈਨਲ ਜਾਂ ਫੇਸਬੁੱਕ ਫਾਲੋਅਰਸ ਵਿੱਚੋਂ ਆਵੇ ਉਹਨਾਂ ਨੂੰ ਕੋਈ ਰਿਆਇਤ ਵੀ ਕਰ ਸੋਗੇ ਜੀ ਕਿਉਂ ਨਹੀਂ ਇਨਸ਼ਾਅੱਲਾ ਠੀਕ ਹੋ ਗਿਆ ਇਹ ਜੀ ਕੁਰਬਾਨੀ ਦੇਣ ਵਾਲਿਆਂ ਵਾਸਤੇ ਬਹੁਤ ਵੱਡੀ ਸਹੂਲਤ ਹੈ ਉਹ ਸਾਡੇ ਚੈਨਲ ਨੱਛੀ ਬਿੱਲੂ ਦਾ ਨਾਮ ਲੈ ਕੇ ਇਹਨਾਂ ਕੋਲ ਆਉਣ ਅਤੇ ਇਹ ਜਨਾਬ ਤੁਹਾਨੂੰ 50,000 ਵਾਲਾ ਬੱਕਰਾ 45,000-40,000 ਰੁਪਇਆ ਦੇਣਗੇ ਯਾਨੀ 5,000 ਰੁਪਇਆ ਰਿਆਇਤ ਕਰਨ ਲਿਹਾਜ਼ਾ ਬੱਕਰੇ ਤੁਸੀਂ ਵੇਖੇ ਅਤੇ ਇਹਨਾਂ ਭਾਈ ਹੋਰਾਂ ਦਾ ਨੰਬਰ ਥੱਲੇ ਮੈਂ ਦੇ ਰਿਹਾ ਇਹਨਾਂ ਨਾਲ ਕਾਲ ਕਰੋ ਔਰ ਮੁਨਾਸਬ ਰੇਟ 'ਤੇ ਬੱਕਰੇ ਖਰੀਦੋ ਕਿਉਂਕਿ ਅੱਗੇ ਕੁਰਬਾਨੀ 'ਤੇ ਅੰਨੀ ਪੈ ਜਾਣੀ ਹੈ ਬੱਕਰਿਆਂ ਦੇ ਰੇਟਾਂ ਵਿੱਚ ਸਾਂਝ ਦਿਓ ਇਜਾਜ਼ਤ ਅਸੀਂ ਚੱਲਦੇ ਹਾਂ ਅੱਲਾ ਹਾਫਿਜ਼